ਦੋਸਤੋ ਇੱਕ ਵਾਰੀ ਤੁਹਾਡਾ ਫਿਰ ਤੋਂ ਸਵਾਗਤ ਹੈ ਪੰਜਾਬ ਨਿਊਜ਼ ਚੈਨਲ ਦੇ ਵਿੱਚ ਅਤੇ ਹਾਜ਼ਰ ਹੋਏ ਹਾਂ ਜੀ ਸਕੂਲ ਲੱਗਣ ਬਾਰੇ ਇੱਕ ਨਵੀਂ ਤਾਜ਼ਾ ਜਾਣਕਾਰੀ ਲੈ ਕੇ ਅਤੇ ਕੇਂਦਰ ਸਰਕਾਰ ਵੱਲੋਂ ਕੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇਸ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ। ਇਸ ਲਈ ਆਪਣਾ ਜੁੜੇ ਰਹੋ ਅਤੇ ਜਿਹੜੇ ਵੀ ਚੈਨਲ 'ਤੇ ਨਵੇਂ ਆਏ ਹਨ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ। ਅਤੇ ਦੂਜੀ ਬੇਨਤੀ ਇਹ ਕਿ ਜੇ ਮੇਰੇ ਦੁਆਰਾ ਦਿੱਤੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ। ਅਤੇ ਗੱਲਬਾਤ ਕਰਦੇ ਹਾਂ ਜੀ ਇਸ ਖਾਸ ਜਾਣਕਾਰੀ ਬਾਰੇ ਕਿ ਕੇਂਦਰ ਸਰਕਾਰ ਵਾਂਗ ਰਾਜ ਸਰਕਾਰਾਂ ਨੂੰ ਵੀ ਸਕੂਲ ਖੋਲ੍ਹਣ ਦੀ ਕੋਈ ਕਾਹਲੀ ਨਹੀਂ ਹੈ। ਅਤੇ ਇਸ ਮੁੱਦੇ ਉੱਪਰ ਸੋਮਵਾਰ ਨੂੰ ਹੋਏ ਵਿਚਾਰ ਵਟਾਂਦਰੇ ਲਈ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਵੱਲੋਂ ਬੁਲਾਈ ਗਈ ਬੈਠਕ ਵਿੱਚ ਜ਼ਿਆਦਾ ਸੂਬਿਆਂ ਨੇ ਸਕੂਲ ਖੋਲ੍ਹਣ ਦੀ ਯੋਜਨਾ ਨੂੰ ਅਗਲੇ 2 ਮਹੀਨਿਆਂ ਤੱਕ ਲਈ ਮੁਲਤਵੀ ਰੱਖਣ ਦਾ ਸੁਝਾਅ ਦਿੱਤਾ ਹੈ। ਤਕਰੀਬਨ 70% ਸਕੂਲਾਂ ਨੂੰ ਕੁਆਰੰਟਾਈਨ ਸੈਂਟਰ ਵਿੱਚ ਤਬਦੀਲ ਕਰਨ ਦੀ ਗੱਲ ਕੀਤੀ ਗਈ ਹੈ। ਇਹਨਾਂ ਵਿੱਚ ਕਰੀਬ 200 ਕੇਂਦਰੀ ਵਿਦਿਆਲਿਆ ਵੀ ਸ਼ਾਮਿਲ ਹਨ। ਅਜਿਹੀ ਸਥਿਤੀ ਵਿੱਚ ਮੰਤਰਾਲੇ ਨੇ ਸੰਕੇਤ ਦਿੱਤਾ ਕਿ ਸਕੂਲ ਖੋਲ੍ਹਣ ਸੰਬੰਧੀ ਕੋਈ ਵੀ ਫੈਸਲਾ 15 ਜੁਲਾਈ ਤੋਂ ਬਾਅਦ ਹੀ ਲਿਆ ਜਾਵੇਗਾ। ਅਤੇ ਇਸ ਸਮੇਂ ਦੌਰਾਨ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਸਲਾਹ ਦਿੱਤੀ ਹੈ ਕਿ ਜਦੋਂ ਤੱਕ ਸਕੂਲ ਖੋਲ੍ਹਣ ਦਾ ਫੈਸਲਾ ਜਿਹੜਾ ਨਹੀਂ ਲਿਆ ਜਾਂਦਾ ਉਹਨਾਂ ਨੂੰ ਸਕੂਲਾਂ ਵਿੱਚ ਬੱਚਿਆਂ ਦੀ ਲਾਗ ਦੀ ਰੋਕਥਾਮ ਸੰਬੰਧੀ ਸਾਰੀਆਂ ਤਿਆਰੀਆਂ ਸ਼ੁਰੂ ਕਰਨੀਆਂ ਚਾਹੀਦੀਆਂ ਨੇ, ਜਿਸ ਵਿੱਚ ਹੱਥ ਧੋਣ ਦੀ ਜਗ੍ਹਾ ਜਿੱਥੇ ਬੱਚੇ ਇੱਕ ਦੂਜੇ ਦੇ ਬਿਨਾਂ ਸੰਪਰਕ ਵਿੱਚ ਆਏ ਸਾਬਣ ਨਾਲ ਹੱਥ ਧੋ ਸਕਣ। ਅਤੇ ਇਹ ਵੀ ਦੱਸਿਆ ਗਿਆ ਕਿ ਉਹ ਜਲਦੀ ਹੀ ਪਹਿਲੀ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਲਈ ਵੱਖਰਾ ਚੈਨਲ ਸ਼ੁਰੂ ਕਰਨ ਜਾ ਰਹੇ ਹਨ ਅਤੇ NCERTS ਦੀ ਤਿਆਰੀ ਵਿੱਚ ਜੁਟੀ ਹੋਈ ਹੈ। ਅਤੇ ਅਨਲੌਕ ਪਹਿਲੇ ਤੋਂ ਬਾਅਦ ਕੋਰੋਨਾ ਸਥਿਤੀ ਨੂੰ ਵੇਖਦੇ ਹੋਏ ਅਨਲੌਕ ਦੇ ਅਗਲੇ ਪੜਾਅ ਦੀ ਤਿਆਰੀ ਸ਼ੁਰੂ ਕੀਤੀ ਜਾਏਗੀ, ਜੋ ਇਸ ਸਮੇਂ 15 ਜੁਲਾਈ ਦੇ ਆਸ ਪਾਸ ਸਮੀਖਿਆ ਦਾ ਅਧੀਨ ਹੈ, ਤਾਂ ਹੀ ਸਕੂਲ ਕਾਲਜ ਅਤੇ ਕੋਚਿੰਗ ਸੈਂਟਰ ਖੋਲ੍ਹਣ ਦਾ ਫੈਸਲਾ ਲਿਆ ਜਾ ਸਕਦਾ ਹੈ। ਦੋਸਤੋ ਇਹ ਸੀਗੀ ਆਪਣੀ ਸਕੂਲ ਲੱਗਣ ਬਾਰੇ ਇਸ ਸਮੇਂ ਦੀ ਖਾਸ ਜਾਣਕਾਰੀ। ਕਿਰਪਾ ਕਰਕੇ ਇਸ ਨੂੰ ਸਾਰੇ ਬੱਚਿਆਂ ਅਤੇ ਬੱਚਿਆਂ ਦੇ ਮਾਪਿਆਂ ਤੱਕ ਸ਼ੇਅਰ ਜ਼ਰੂਰ ਕਰੋ, ਤਾਂ ਜੋ ਜਿਹੜੀ ਉਹਨਾਂ ਦੀ ਗਲਤ ਫਹਿਮੀ ਹੈ ਜਾਂ ਉਹ ਇਸ ਬਾਰੇ ਕੀ ਸੋਚ ਰਹੇ ਨੇ ਸਕੂਲ ਲੱਗਣ ਬਾਰੇ, ਉਹਨਾਂ ਨੂੰ ਪਤਾ ਲੱਗ ਸਕੇ। ਤਾਂ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਅਸੀਂ ਹਾਜ਼ਰ ਹੋਵਾਂਗੇ ਤੁਹਾਡੇ ਲਈ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ। ਹੁੰਦੇ ਲਈ ਇੰਨਾ ਹੀ, ਧੰਨਵਾਦ ਦੋਸਤੋ।